ਵਧੀਆ ਲੱਗਦੀ ਸੀਗੀ, ਪਰ ਫਿਰ ਥੋੜ੍ਹਾ ਘਰ ਦੀ ਪ੍ਰੋਬਲਮ ਸੀਗੀ ਜਿੱਦਾਂ ਉਹਨਾਂ ਟਾਈਮਾਂ ਦੇ ਵਿੱਚ। ਚਲੋ ਮੈਂ ਨਹੀਂ ਕਹਿੰਦਾ ਵੀ ਅਸੀਂ ਆ ਥੋੜ੍ਹਾ ਹੁਣ ਦੌਰ ਚੱਲਿਆ 2007-08 ਤੋਂ ਬਾਅਦ, ਜ਼ਮੀਨਾਂ ਮਹਿੰਗੀਆਂ ਹੋਈਆਂ, ਕੁਛ ਜ਼ਿਮੀਦਾਰ ਸੌਖੇ ਵੀ ਹੋਏ ਆ, ਬਿਲਕੁਲ ਸਹੀ ਗੱਲ, ਤੁਹਾਡੀ ਕੋ ਫਰਕ ਪਿਆ ਵਾ ਹਨਾ ਜੀ, ਬਿਲਕੁਲ ਬਾਹਰ ਵੀ ਆਉਣਾ ਜਾਣਾ ਸੌਖਾ ਹੋ ਗਿਆ। ਉਦੋਂ ਇੱਦਾਂ ਸੀਗਾ ਵੀ ਇੰਗਲੈਂਡ ਦਾ ਹੀ ਮੇਨ ਹੁੰਦਾ ਸੀਗਾ ਜੀ ਜੀ, ਵੀ ਜਿੱਦਾਂ ਵੀ ਆਮ ਸਾਡੇ ਉਹਨਾਂ ਕੁ ਟਾਈਮ ਜਿਹੜਾ ਅਸੀਂ ਸੁਣਦੇ ਹੁੰਦੇ ਵੀ ਇੰਗਲੈਂਡ ਜਾਣਾ ਜੀ, ਇੰਗਲੈਂਡ ਜਾਣਾ, ਹਾਂ ਬਾਹਰ ਜਾਣਾ ਇੰਗਲੈਂਡ। ਚਲੋ ਮੈਨੂੰ ਵੀ ਇੱਕ ਦੋ ਨੇ ਕਿਹਾ, ਤੇ ਜਦੋਂ ਕੰਨ 'ਚ ਮਾੜੀ ਜਿਹੀ ਆਵਾਜ਼ ਆਈ ਤੇ ਫਿਰ ਮੈਂ ਵੀ ਆਪਣੇ ਡੈਡੀ ਨੂੰ ਕਿਹਾ, ਮੈਂ ਕਿਹਾ ਵੀ ਮੈਂ ਚੱਲ ਜਾਂਦਾ ਬਾਹਰ ਵੀ ਵੀ ਥੋੜ੍ਹਾ ਬਹੁਤਾ ਪੈਸਾ ਕਮਾ ਲਾਂਗੇ, ਚਲੋ ਮੈਂ ਕਮਾਈ ਕਰ ਲੂੰਗਾ, ਵੀ ਛੋਟੇ ਭਰਾ ਦੋ ਹੈਗੇ ਇਹਨਾਂ ਨੂੰ ਖਟਾ ਲਈ। ਬਿਲਕੁਲ ਸਹੀ ਗੱਲ, ਪਰ ਉਹ ਮੈਨੂੰ ਕਹਿੰਦਾ ਸੀ, ਕਹਿੰਦਾ ਸੀ ਮੈਨੂੰ ਵੀ ਮੈਨੂੰ ਪੈਸਾ ਨਹੀਂ ਚਾਹੀਦਾ, ਨਾ ਕੋਈ ਲੋੜ ਹੀ ਇੱਦਾਂ ਦੀ, ਵੀ ਤੂੰ ਖੇਡ ਲਾ ਕਾਕਾ, ਇੱਕ ਵਾਰੀ ਤਕੜਾ ਹੋ ਕੇ ਖੇਡ ਲਾ। ਬਿਲਕੁਲ ਜੀ, ਤੇ ਮੈਂ ਉਹਦੀ ਗੱਲ ਨਹੀਂ ਮੰਨੀ ਤੇ ਫਿਰ ਚੜ ਗਏ ਜੀ ਅਸੀਂ। ਪਹਿਲਾਂ ਦਿੱਲੀ ਆਏ, ਦਿੱਲੀਓਂ ਬੰਬੇ, ਬੰਬੇਓਂ ਫਿਰ ਉਹਨਾਂ ਨੇ ਕਹਿੰਦੇ ਜੀ ਇੰਗਲੈਂਡ ਦੀ ਤੁਹਾਡੀ ਸਿੱਧੀ ਫਲੈਟ ਆ, ਫਿਰ ਕੇਨੀਆ ਲਾ ਤੇ। ਅੱਛਾ ਜੀ, ਹਾਂਜੀ, ਦੋ ਨੰਬਰ 'ਚ ਕੇਨੀਆ ਲਾ ਤੇ, ਕੇਨੀਆ ਲਾ ਤੇ ਇੰਗਲੈਂਡ ਦਾ ਕਹਿ ਗਏ। ਹਾਂਜੀ, ਉੱਥੇ ਫਿਰ ਰਹਿ? ਹਾਂਜੀ ਰਹੇ ਜੀ, ਉੱਥੇ ਉੱਥੇ ਰਹਿ 4-5 ਮਹੀਨੇ ਰਹੇ ਹੁਣ ਮੇਰੇ ਸਾਹਮਣੇ। ਤੇ ਫਿਰ ਵਾਪਸੀ ਉੱਥੇ? ਨਹੀਂ, ਵਾਪਸੀ ਉਦੋਂ ਗਾਹ ਹੋਈ ਥੋੜ੍ਹੀ ਜੀ, ਪਹਿਲਾਂ ਤਾਂ ਉਹਨਾਂ ਨੇ ਰਾਸ਼ਨ ਪਾਣੀ ਚੰਗਾ ਖਲਾਇਆ। ਅੱਛਾ ਜੀ, ਤੇ ਘਰਦਿਆਂ ਨੇ ਪੁੱਛਣਾ, ਕਹਿਣਾ ਹਾਂ ਹਾਂ ਠੀਕ ਆ ਠੀਕ ਆ, ਕਿਉਂਕਿ ਉਹਨਾਂ ਨੇ ਗਾਹ ਲਿਆਣੇ, ਉਹ ਡੌਂਕੀਆਂ ਲਵਾ ਕੇ ਲੈ ਜਾਂਦੇ ਹੁੰਦੇ ਸੀ। ਅੱਛਾ ਜੀ, ਹਾਂਜੀ, ਜਿੱਦਾਂ ਇੱਕ ਕੰਟਰੀ 'ਚੋਂ ਦੂਜੀ ਕੰਟਰੀ 'ਚ, ਇਸ ਕੰਟਰੀ 'ਚੋਂ ਦੂਜੀ ਕੰਟਰੀ 'ਚ ਬੰਦਾ ਭੇਜਣਾ, ਗਾਹ ਬੰਦਾ ਵੇਚ ਦੇਣਾ, ਵੀ ਇੰਨੇ ਪੈਸੇ ਲੈ ਕੇ ਤੁਸੀਂ ਬੰਦਾ ਇੱਥੋਂ ਗਾਹ ਉੱਥੇ ਛੱਡ ਦੇਣਾ, ਉਹਨਾਂ ਨੇ ਉੱਥੋਂ ਗਾਹ ਛੱਡ ਦੇਣਾ, ਉਹਨਾਂ ਨੇ ਉੱਥੋਂ ਗਾਹ ਛੱਡ, ਇੱਦਾਂ ਬੰਦਾ ਜਾਂਦਾ ਸੀ। ਵੈਰੀ ਰਿਸਕੀ ਲਾਈਫ, ਰਿਸਕ ਲੈ ਕੇ ਇੱਕ ਕਿਸਮ ਦਾ ਜਾਣਾ ਜਾਂ ਆਉਣਾ ਪੈਂਦਾ ਇੱਦਾਂ ਦੀਆਂ ਕੰਟਰੀਆਂ। ਫਿਰ ਕੋਈ ਲੁਕਿਆ? ਹਾਂਜੀ, ਹੁਣ ਤੁਹਾਨੂੰ ਪਤਾ ਭਾਈ ਕੋਈ ਲੁਕਿਆ ਨੀ ਗਾ, ਇਹ ਚੀਜ਼ ਇੱਦਾਂ ਦੀ ਹੋ ਗਈ ਆ ਵੀ ਹੁਣ ਤਾਂ ਜੋ ਨੈੱਟ ਦਾ ਜ਼ਮਾਨਾ ਸਾਰਾ ਕੁਛ ਹੈਗਾ, ਹੁਣ ਤਾਂ ਪਤਾ ਲੱਗ ਜਾਂਦਾ ਵੀ ਇਹ 'ਚ ਬਹੁਤ ਖਤਰਾ ਵਾ। ਬਿਲਕੁਲ ਜੀ, ਚਲੋ ਉਦੋਂ ਇੰਨਾ ਨਹੀਂ ਸੀਗਾ, ਮਾੜਾ ਮੋਟਾ ਸੀਗਾ ਵੀ ਚੱਲ ਜਾਣਾ ਚੱਲ ਜਾਣਾ, ਪਰ ਘਰੋਂ ਬਾਹਰ ਨਿਕਲਦੇ ਤੁਹਾਨੂੰ ਫਿਰ ਪਤਾ ਲੱਗਦਾ। ਬਿਲਕੁਲ ਸਹੀ ਗੱਲ, ਪਰ ਫਿਰ ਵੀ ਤੁਸੀਂ ਉਹ ਰਸਤਾ ਚੂਜ਼ ਕੀਤਾ ਬਿਕੋਜ਼ ਵੀ ਕਿਤੇ ਨਾ ਕਿਤੇ ਪਾਸੇ ਲੱਗ ਜਾਂਗੇ, ਚਲੋ ਕੋਈ ਭਵਿੱਖ ਬਣ ਜੂ, ਕੋਈ ਕਿਤੇ ਨਾ ਕਿਤੇ ਭਵਿੱਖ ਵਧੀਆ ਬਣ ਜਾਏਗਾ, ਘਰਦਿਆਂ ਦੀ ਹਾਲਤ ਕੋਈ ਨਾ ਸੁਧਰ ਜੂਗੀ, ਵਧੀਆ ਕੰਮ ਕਰਨ ਲੱਪਾਂਗੇ, 4 ਪੈਸੇ ਬਣਾ ਲਾਂਗੇ, ਰਾਈਟ? ਹਾਂਜੀ ਭਾਜੀ, ਤੇ ਉਸ ਤੋਂ ਬਾਅਦ ਫਿਰ ਹੋਰ ਕੰਟਰੀ 'ਚ ਲੈ ਕੇ ਗਿਆ ਤੁਹਾਨੂੰ? ਹਾਂਜੀ, ਫਿਰ ਕੇਨੀਆ ਤੋਂ ਗਾਹਾਂ ਤੰਜਾਨੀਆ ਚਲੇ ਗਏ। ਤੇ ਤੰਜਾਨੀਆ ਉੱਥੇ ਗਏ ਤੇ ਉੱਥੇ ਫਿਰ ਰੋਟੀ ਪਾਣੀ ਥੋੜ੍ਹਾ ਜਿਹਾ ਘੱਟ ਹੋਣ ਲੱਗ ਪਿਆ ਉਹਨਾਂ ਦਾ। ਅੱਛਾ ਜੀ, ਫਿਰ ਉਹਨਾਂ ਨੇ ਥੋੜ੍ਹੇ ਜਿਹੇ ਇੰਨੇ ਕੁ ਚੌਲ ਦੇਣੇ, ਕਮਰਾ ਵੀ ਹੁੰਦਾ ਸੀਗਾ ਇੱਦਾਂ ਪੈਣਾ, ਤੇ ਜਿੱਦਾਂ ਮੇਰਾ ਸਿਰ ਇੱਧਰ ਲੱਗਣਾ, ਲੱਤਾਂ ਉੱਧਰ ਲੱਗਣੀਆਂ, ਇੱਕ ਕਮਰੇ 'ਚ ਅਸੀਂ ਹੁੰਦੇ ਸੀ ਘੱਟੋ ਘੱਟ 7 ਜਾਂ 8 ਜਾਣੇ, ਕੁਛ ਇੱਥੇ ਹੁੰਦੇ ਸੀ ਮੇਰੇ ਹਿਸਾਬ ਨਾਲ। ਕਮਰਾ ਵੀ ਵੈਰੀ ਟਫ, ਵੈਰੀ ਹਾਰਡ, ਸੌਣਾ ਵੀ ਬੜਾ ਔਖਾ, ਸੌਣਾ ਵੀ ਔਖਾ ਸੀ ਭਾਜੀ। ਤੇ ਚਲੋ ਫਿਰ ਹੌਲੀ ਹੌਲੀ ਕਰਦੇ ਕਰਦੇ ਅਸੀਂ ਘਰਦਿਆਂ ਨੂੰ ਵੀ ਅਸੀਂ ਦੱਸਿਆ ਵੀ ਅਸੀਂ ਕਿਹਾ ਵੀ ਇਹ ਵੀ ਕਿਸੇ ਤਣ ਪੱਤਣ ਨਹੀਂ ਲਾ ਰਹੇ ਜੀ, ਵੀ ਅਸੀਂ ਵੀ ਇੱਥੇ ਭੁੱਖੇ ਮੰਨ ਰਹੇ ਹਾਂ, ਵੀ ਕੋਈ ਫਾਇਦਾ ਨਹੀਂ ਵੀ ਤੁਸੀਂ ਇਹਨਾਂ ਗੱਲ ਕਰੋ ਜੀ, ਤੇ ਏਜੰਟ ਨੂੰ, ਆਹੋ ਏਜੰਟ ਕਹਿੰਦਾ ਕਰੇ ਇਹਨਾਂ ਨੇ ਚੜ੍ਹ ਜਾਣਾ। ਅੱਛਾ ਜੀ, ਤੇ ਉਹ ਮੈਂ ਕਿਹਾ ਇਹ ਨਹੀਂ ਚਾੜਦਾ ਵੀ ਤੁਸੀਂ ਕੋਈ ਹੋਰ ਨਹੀਂ ਤਾਂ ਵਾਪਸ ਕਰ ਲੈ, ਇਹਨੂੰ ਕਹਿੰਦੇ ਵਾਪਸ ਮੋੜ ਜੀ। ਉਹ ਕਹਿੰਦਾ ਏਜੰਟ ਕੋ ਗਏ, ਕਹਿੰਦੇ ਮੈਂ ਫੋਨ ਫੇਰ, ਚਲੋ ਉਹਨਾਂ ਦਾ ਆਇਆ ਘਰਦਿਆਂ ਦਾ, ਉੱਥੇ ਜਿਹੜਾ ਨਾਲ ਬੰਦਾ ਹੈ ਉਹਦੇ ਫੋਨ 'ਤੇ ਫੋਨ ਆਉਂਦੇ, ਘਰਦਿਆਂ ਨੇ ਵਿਚਾਰਿਆਂ ਨੇ ਉਹੀ ਦੁੱਧ ਪਾ ਲੈਣਾ ਜੀ, ਉਹੀ ਸ਼ਾਮਾਂ ਨੂੰ ਜਾ ਕੇ ਮੈਨੂੰ ਫੋਨ ਲਾ ਲੈਣਾ, ਉਹਦਾ ਐਸਟੀਡੀਆਂ ਤੋਂ ਲਾਉਂਦੇ ਹੁੰਦੇ ਸੀ। ਬਿਲਕੁਲ ਜੀ, ਤੇ ਮੁੜ ਕੇ ਹਾਂਜੀ, ਫਿਰ ਉਹ ਜਦੋਂ ਫੋਨ ਆਇਆ ਮੈਨੂੰ, ਕਹਿੰਦੇ ਵੀ ਉਹ ਕਹਿੰਦੇ ਵੀ ਤੁਸੀਂ ਚੜ੍ਹ ਜਾਣਾ। ਮੈਂ ਕਿਹਾ ਠੀਕ ਆ, ਹੁਣ ਤੁਸੀਂ ਘਰੇ ਖੰਡ ਪਾਟ ਰਖਾ ਹੀ ਦਿਓ, ਫਿਰ ਹੁਣ ਅਸੀਂ ਚੜ੍ਹਨ ਵਾਲੇ ਹੀ ਹਾਂ, ਕਿਉਂਕਿ ਉੱਥੇ ਹਾਲਾਤ ਹੀ ਇੰਨੇ ਮਾੜੇ ਹੋ ਗਿਆ, ਕਿਉਂਕਿ ਰੋਟੀ ਪਾਣੀ ਵੀ ਵਧੀਆ ਨਹੀਂ ਖਾਣ ਨੂੰ, ਰਾਈਟ? ਨਹੀਂ ਭਾਜੀ, ਉਹ ਏਦਾਂ ਅਸੀਂ ਏਦਾਂ ਬੈਠੇ, ਮੈਂ ਤੁਹਾਨੂੰ ਨੋਰਮਲ ਗੱਲ ਕਰਦਾ ਨਾ, ਏਦਾਂ ਬਹਿਣਾ ਜਦੋਂ ਉਹ ਜ਼ਿੰਦਗੀ ਭਾਜੀ ਹੰਢਾਈ ਆ, ਦੇਖੀ ਆ, ਮਤਲਬ ਲਾ ਲਓ ਵੀ
ਮਾਰਾ ਕਿਸੇ ਨੂੰ ਨਾ ਲਿਆ, ਪਤਾ ਨਹੀਂ ਕਿੰਨੇ ਕਿੰਨੇ ਤਕਲੀਫ ਹੋ ਚੱਲੀ ਹੋਣੀ। ਬਿਲਕੁਲ ਏਦਾਂ ਹੀ ਮੁੰਡੇ ਹੁੰਦੇ ਸੀ 6-7 ਜਣੇ 8 ਜਣੇ, ਉਹ ਕਿਸੇ ਦੇ ਨਾ ਏਦਾਂ ਅੱਖ ਚੋਂ ਬੜੀ ਹੰਝੂ ਨਿਕਲ ਜਾਣਾ, ਏਦਾਂ ਏਦਾਂ ਬੈਠਾ ਬੈਠਾ ਰੋਣ ਦਾ ਵੀ ਨਹੀਂ ਏਦਾਂ ਸਾਧਨ ਬਣਨਾ, ਅੱਖ ਚੋਂ ਏਦਾਂ ਪਾਣੀ ਨਿਕਲ ਜਾਣਾ ਏਦਾਂ। ਉਹ ਇੱਕ ਨੇ ਰੋ, ਦੋ ਨੇ ਰੋ, ਤਿੰਨ ਰੋ, ਅੱਖਾਂ ਮੁੜ ਕੇ ਸਾਰਿਆਂ ਰੋਈ ਜਾਣਾ ਭਾਜੀ ਉੱਥੇ ਬੈਠਿਆਂ ਨੇ। ਵੈਰੀ ਵੈਰੀ ਸੈਡ, ਕਈ ਵਾਰ ਉੱਦਾਂ ਹੀ ਬੈਠਿਆਂ ਦੇ ਅੱਖਾਂ 'ਚ ਉੱਦਾਂ ਹੀ ਪਾਣੀ ਨਿਕਲ ਜਾਣਾ, ਪਤਾ ਨਹੀਂ ਲੱਗਦਾ ਹੁੰਦਾ ਜੀ। ਪਰ ਉਹ ਟਾਈਮ ਦੇ ਵਿੱਚ ਜਦੋਂ ਤੁਸੀਂ ਉੱਥੇ ਸੀਗੇ, ਉਹ ਟਫ ਟਾਈਮ ਤੁਸੀਂ ਆਪਣੇ ਸਰੀਰ 'ਤੇ ਹੰਢਾਇਆ, ਔਰ ਇੱਕ ਕੰਟਰੀ ਨੂੰ ਜਾਣ ਲਈ ਇੰਨਾ ਟਫ ਟਾਈਮ ਦੇਖਿਆ, ਉਹ ਪਰਮਾਤਮਾ ਵੀ ਉੱਪਰ ਦੇਖਦਾ ਹੋਣਾ ਵੀ ਨਹੀਂ ਕਿਸੇ ਟਾਈਮ ਇਹ ਕਬੱਡੀ ਦਾ ਕਿੰਗ ਦੁਨੀਆਂ ਦੇ ਵਿੱਚ ਭੜਥੂ ਪਾਊਗਾ ਕਬੱਡੀ ਦੇ ਵਿੱਚ, ਅੱਜ ਪਰਮਾਤਮਾ ਨੇ ਸਭ ਕੁਛ ਦਿੱਤਾ, ਸੰਤੁਸ਼ਟੀ ਹੈ ਜ਼ਿੰਦਗੀ ਤੋਂ? ਹਾਂਜੀ ਭਾਜੀ, ਸੰਤੁਸ਼ਟੀ ਆ ਬਹੁਤ, ਮਾਰਾ ਨਹੀਂ ਦਿੱਤਾ। ਬੇਅੰਤ ਆ ਉਹ ਤੇ ਉਹ ਧੰਦਾ ਜਦੋਂ, ਬਿਲਕੁਲ ਕਿਸੇ ਚੀਜ਼ ਦਾ ਅੰਤ ਨਹੀਂ, ਉਹਦਾ ਕੋਈ ਅੰਤ ਨਹੀਂ, ਪਰ ਉਹਨੇ ਦੇਣ 'ਚ ਵੀ ਕਿਸੇ ਚੀਜ਼ ਦਾ ਪੰਨਾ ਨਹੀਂ ਰੱਖਿਆ, ਨਹੀਂ ਰੱਖਿਆ। ਮਤਲਬ ਅਸੀਂ ਮੈਡਮ ਨਹੀਂ ਸਕਦੇ, ਤੋਲ ਵੀ ਨਹੀਂ ਸਕਦੇ, ਬਿਲਕੁਲ ਜੀ, ਵੀ ਉਹ ਮਹਾਰਾਜ ਨੇ ਇੰਨਾ ਸਾਨੂੰ ਦਿੱਤਾ, ਇੰਨਾ ਬਖਸ਼ਿਆ, ਅਸੀਂ ਕਹਿੰਦੇ ਵੀ ਹਰ ਇੱਕ ਨੂੰ ਮਹਾਰਾਜ ਦੇਵੇ, ਬਿਲਕੁਲ, ਅਤੇ ਬੰਦਾ ਵੀ ਆਪਣੀ ਨੀਂਦ ਸੱਚੀ ਕਰਕੇ ਤੁਰਿਆ ਰਹੇ। ਬਿਲਕੁਲ ਜੀ, ਮੰਗੀ ਬੱਗਾ ਪਿੰਡ ਕਿਸੇ ਟਾਈਮ 2 ਨੰਬਰ 'ਚ ਬਾਹਰ ਨੂੰ ਜਾਣ ਲਈ ਬੜੀਆਂ ਤਕਲੀਫਾਂ ਚੱਲੀਆਂ, ਵਾਪਸ ਘਰ ਨੂੰ ਮੁੜਨਾ ਪਿਆ। ਉਸ ਤੋਂ ਬਾਅਦ ਕਿਹੋ ਜਿਹੇ ਕਿਵੇਂ ਸੁਪਰ ਸਟਾਰ ਬਣਿਆ ਦੁਨੀਆਂ ਦੇ ਅੱਜ ਕੋਨੇ ਕੋਨੇ 'ਚ ਮੰਗੀ ਕਿੰਗ ਕਬੱਡੀ ਦਾ, ਮੰਗੀ ਬੱਗਾ ਪਿੰਡ ਦੁਨੀਆਂ ਦੇ ਨਕਸ਼ੇ 'ਤੇ ਬੱਗੇ ਪਿੰਡ ਨੂੰ ਐਡਾ ਹਿੱਟ ਕੀਤਾ, ਆਪਣੇ ਆਪ ਨੂੰ ਸੁਪਰ ਸਟਾਰ ਬਣਾਇਆ, ਦੁਨੀਆਂ ਦੀ ਨਿਗਾਹ ਦੇ ਵਿੱਚ ਸੁਪਰ ਸਟਾਰ ਬਣੇ, ਬਹੁਤ ਵਧੀਆ ਸੁਭਾਅ ਦੇ ਮਾਲਕ ਨੇ, ਮੰਗੀ ਕਿਵੇਂ ਫਿਰ ਸਵਾਬ ਬਣਿਆ, ਵਾਪਸ ਆ ਕੇ ਫਿਰ ਕਬੱਡੀ ਖੇਡਣੀ ਸ਼ੁਰੂ ਕੀਤੀ? ਉੱਥੋਂ ਭਾਜੀ ਵਾਪਸੀ ਫਿਰ ਹੋਈ, ਜਿੱਦਾਂ ਏਜੰਟ ਸੀਗਾ ਜਿਹੜਾ ਉੱਥੇ ਵੀ ਸੀਗਾ ਸਾਡਾ, ਉਹ ਵੀ ਸਾਨੂੰ ਕਹਿੰਦਾ, ਮੈਂ ਕਿਹਾ ਵੀ ਮੈਂ ਵਾਪਸ ਚੱਲ ਜਾਣਾ। ਇਹਦਾ ਉੱਥੇ ਮਤਲਬ ਮਹਾਰਾਜ ਨੇ, ਪਤਾ ਨਹੀਂ ਬਾਬੇ ਨਾਨਕ ਨੇ ਜਿਹੜਾ ਕਹਿੰਦੇ ਵੀ ਲੰਗਰ ਲਾਇਆ ਸੀਗਾ, ਉਹ ਪਤਾ ਨਹੀਂ ਕਿੱਥੇ ਕਿੱਥੇ ਚੱਲਦਾ ਬੰਦਾ, ਐਵੇਂ ਆਪਣੇ ਬੰਦੇ ਆਪਸ ਵਿੱਚ ਜਿੱਦੀ ਜਾਂਦੇ ਲੜੀ ਜਾਂਦੇ ਆ ਜੀ, ਪਰ ਉਹਨਾਂ ਦਾ 20 ਦਾ ਜਿੰਨਿਆਂ ਪੈਰ ਰੁਪਈਆਂ ਦਾ ਵੀ ਉਹਨਾਂ ਦਾ ਲਾਇਆ ਹੋਇਆ ਲੰਗਰ ਅੱਜ ਤੱਕ ਨਹੀਂ ਖਤਮ ਹੋਇਆ, ਨਹੀਂ ਖਤਮ ਹੋਇਆ, ਚੱਲਦਾ ਦੁਨੀਆਂ ਦੇ ਹਰ ਕੋਨੇ 'ਚ, ਹਰ ਕੋਨੇ 'ਚ, ਤੁਸੀਂ ਜਿੱਥੇ ਵੀ ਗੁਰੂ ਘਰ ਮਿਲੂਗਾ, ਮੈਂ ਕਿਹਾ ਤੁਸੀਂ ਸੋਚ ਨਹੀਂ ਸਕਦੇ। ਫਿਰ ਅਸੀਂ ਉੱਥੇ, ਮੈਂ ਜਦੋਂ ਉੱਥੇ ਗੁਰੂ ਘਰ ਸੀਗਾ, ਮੈਂ ਜਿੱਦਾਂ 2 ਕੁ ਦਿਨ ਪਹਿਲਾਂ ਮੈਨੂੰ ਪਤਾ ਲੱਗਾ ਵੀ ਇੱਥੇ ਗੁਰੂ ਘਰ ਆ, ਮੁੰਡਾ ਕੋਈ, ਮੈਂ ਉੱਦਾਂ ਹੀ ਖੜਾ ਅਤੇ ਮੁੰਡਾ ਸਰਦਾਰ ਆਇਆ ਅਤੇ ਉਹ ਮੈਨੂੰ ਕਹਿੰਦਾ ਕਿੱਦਾਂ, ਮੈਂ ਬੈਠਾ ਖੜਾ, ਮੈਂ ਕਿਹਾ ਭਾਅ ਜੀ, ਕਹਿੰਦਾ ਕਿੱਦਾਂ ਇੱਥੇ, ਮੈਂ ਕਿਹਾ ਭਾਅ ਜੀ ਵੀ ਮੈਂ ਬਹੁਤ ਮੰਦਾ ਹਾਲ ਆ, ਕਹਿੰਦਾ ਵੀ, ਕਹਿੰਦਾ ਕੋਈ ਗੱਲ ਨਹੀਂ, ਕਹਿੰਦਾ ਵੀ ਜੇ ਲੋੜ ਚੀਜ਼ ਦੀ ਹੋਈ ਤਾਂ ਮੈਂ, ਕਹਿੰਦਾ ਦੱਸੀ, ਮੈਂ ਕਿਹਾ ਜੀ ਭਾਅ ਜੀ ਵੀ ਮੈਨੂੰ ਪਤਾ ਨਹੀਂ ਤੁਸੀਂ ਕਿੱਥੇ ਰਹਿੰਦੇ, ਕਹਿੰਦਾ ਵੀ ਆਹ ਜਿਹੜੀਆਂ ਬਿਲਡਿੰਗਾਂ ਹੀ ਰਹਿੰਦੀਆਂ, ਉਹਨੇ ਥੋੜ੍ਹਾ ਕੁ ਪਿੱਛੇ ਭਾਅ ਜੀ ਇੱਦਾਂ ਸੀਗਾ ਵੀ ਗੁਰੂ ਘਰ ਸੀਗਾ। ਅੱਛਾ ਜੀ, ਫਿਰ ਮੈਂ ਉੱਥੇ ਚੱਲ ਜਾਣਾ ਇੱਦਾਂ। ਫਿਰ ਜਦੋਂ ਮਹਾਰਾਜ ਅੱਗੇ ਅਰਦਾਸ ਕਰਨੀ, ਬੇਨਤੀ ਕਰਨੀ ਵੀ ਸੱਚੇ ਪਾਤਸ਼ਾਹ ਕਿਤੇ ਲਾਭ ਸਾਨੂੰ, ਹਾਂ ਵੀ ਜਾਂ ਤਾਂ ਗਾਂਹ ਕਰਦੇ ਨੇ ਤਾਂ ਫਿਰ ਨਿਸ਼ਾਂ ਕਰਦੇ, ਨਹੀਂ ਤਾਂ ਫਿਰ ਤਾਂ ਹੀ ਕਰਦੇ, ਇੱਕ ਪਾਸਾ ਕਰਦੇ ਜੀ, ਬਿਲਕੁਲ। ਅਤੇ ਉਹ ਫਿਰ ਬੰਦਾ ਵਧੀਆ ਸੀਗਾ, ਉਹ ਵੀ ਵਿਚਾਰੇ ਦੀ ਉੱਥੇ ਉਹ ਕਥਾ ਕਰਦਾ, ਉਹਨੇ ਕੀਰਤਨ ਕਰਦਾ ਹੁੰਦਾ ਸੀ ਜੀ, ਅਤੇ ਲੰਗਰ ਦਾ ਮਾੜਾ ਮੋਟਾ ਲੰਗਰ ਪਕਾ ਹੁੰਦਾ ਜੀ। ਉਹ ਮੁੰਡੇ ਨੂੰ ਵੀ ਏਜੰਟ ਨੇ ਕਿਸੇ ਨੇ ਧੋਖਾ ਦਿੱਤਾ ਜੀ। ਅੱਛਾ ਜੀ, ਹਾਂਜੀ, ਉਹ ਏਜੰਟ ਨੇ ਧੋਖਾ ਦਿੱਤਾ ਸੀਗਾ, ਅਤੇ ਉਹ ਏਜੰਟ ਨੇ ਉਹਨੂੰ ਛੱਡ ਕੇ ਚੱਲ ਗਿਆ ਸੀ, ਉਹ ਕੋਈ 4 ਕਨਾਲਾ ਪੈਲੀ ਸੀ, ਉਹ ਵਿਚਾਰੇ ਵੇਚ ਲਈ, 2 ਭੈਣਾਂ ਸੀਗੀਆਂ। ਅੱਛਾ ਜੀ, ਉਹ ਵਿਚਾਰਾ ਉੱਥੋਂ ਮਾੜਾ ਮੋਟਾ ਪੈਸੇ ਇਕੱਠੇ ਕਰਕੇ ਥੋੜ੍ਹੇ ਬਹੁਤੇ ਪਿੱਛੇ ਖਰਚ ਲਈ ਭੇਜਦਾ ਸੀ, ਉਹ ਵੀ ਰੋ ਪੈਂਦਾ ਹੁੰਦਾ ਕਿ ਯਾਰ, ਕਹਿੰਦਾ ਯਾਰ ਮੈਂ ਤਾਂ ਪਿੱਛੇ ਵੀ ਨਹੀਂ ਜਾ ਸਕਦਾ। ਬਿਲਕੁਲ ਜੀ, ਲਾਈਫ ਹੀ ਬੜੀ ਟਫ ਆ ਇਹਨਾਂ ਚੀਜ਼ਾਂ ਦੇ ਵਿੱਚ, ਕਿਉਂਕਿ ਤੁਸੀਂ ਹੁਣ 2 ਨੰਬਰ 'ਚ ਸਾਰਿਆਂ ਨੇ ਉੱਥੇ ਲਿਜਾ ਕੇ ਬਿਠਾ ਤਾ ਤੁਹਾਨੂੰ। ਹਾਂਜੀ ਭਾਜੀ, ਉਸ ਤੋਂ ਬਾਅਦ ਵਾਪਸੀ ਵੀ ਹੋਈ ਉਦੋਂ ਹੀ? ਵਾਪਸੀ ਫਿਰ ਮੈਂ ਗੁਰਦੁਆਰੇ ਸਿੱਧਾ ਘਰੇ ਆ ਗਿਆ, ਉੱਥੇ ਜਿੱਥੇ ਹੀ ਰਹਿੰਦੇ ਉੱਥੇ ਆ ਗਿਆ। ਅੱਛਾ ਜੀ, ਅਤੇ ਮੈਂ ਜਦੋਂ ਆਇਆ ਤਾਂ ਉਹਨੂੰ ਮੈਂ ਕਿਹਾ ਵੀ ਏਜੰਟ ਨੂੰ, ਮੈਂ ਕਿਹਾ ਮੈਂ ਵਾਪਸ ਜਾਣਾ, ਅਤੇ ਤਾਂ ਮਹਾਰਾਜ ਵੱਲੋਂ ਮਨ ਦੇ ਵਿੱਚ ਆਈ ਜੀ, ਉਹ ਕਹਿੰਦਾ ਵੀ ਉਹਦੇ ਤੋਂ ਤਾਂ ਪਾਸਪੋਰਟ ਵੀ ਹੈ ਨਹੀਂ, ਤੂੰ ਕਿੱਦਾਂ ਚੱਲ ਜਾਓ। ਅੱਛਾ ਜੀ, ਅਤੇ ਮੈਂ
ਮੈਂ ਕਿਹਾ ਪਾਸਪੋਰਟ ਤਾਂ ਬਾਕੀ ਹੈ ਨਹੀਂ ਜੀ ਹੈ ਨਾ, ਅਤੇ ਮੈਂ ਕਿਹਾ ਕੋਈ ਗੱਲ ਨਹੀਂ, ਫਿਰ ਪਾਸਪੋਰਟ ਲੈ ਕੇ ਆਉਂਦੇ. ਉਹ ਮੈਂ ਉਹ ਸਿੱਧਾ ਮੁੰਡੇ ਕੋਲ ਗਿਆ, ਮੈਂ ਕਿਹਾ ਯਾਰ ਸਾਡੇ ਜਿਹੜੇ ਪਾਸਪੋਰਟ ਸੀਗੇ ਔਲਰੇਡੀ ਉੱਥੋਂ ਦੀ ਪੁਲਿਸ ਸੀਗੀ, ਉਹਨਾਂ ਨੇ ਫੜ ਲਏ ਸੀ. ਅੱਛਾ ਜੀ. ਹਾਂਜੀ, ਪਤਾ ਨਹੀਂ ਉਹ ਏਜੰਟ ਦੇ ਸ਼ਹਿ ਨਾ ਫੜ ਲਏ ਜਾਂ ਕਿੱਦਾਂ, ਪਰ ਉਹਨਾਂ ਨੇ ਫੜ ਲਏ. ਪਰ ਪੁਲਿਸ ਕੋਲ ਸੀ? ਹਾਂ, ਰੱਬ ਲੋ ਦੀ ਦੇਖੋ ਗੁਰਦੁਆਰੇ ਦੇ ਬੈਕ ਸਾਈਡ 'ਤੇ ਥਾਣਾ ਸੀਗਾ ਜਿੱਥੇ ਸਾਡੇ ਪਾਸਪੋਰਟ ਸੀ. ਅੱਛਾ ਜੀ. ਹਾਂਜੀ, ਮੈਂ ਉਹ ਮੁੰਡੇ ਕੋਲ ਗਿਆ ਅਤੇ ਮੈਂ ਕਿਹਾ ਵੀ ਇੱਦਾਂ ਕਰਕੇ ਭਾਜੀ ਮੈਂ ਜਾਣਾ, ਵੀ ਮੈਂ ਨਹੀਂ ਰਹਿਣਾ, ਜਾਂ ਤਾਂ ਮੈਂ ਕਿਹਾ ਮਰੂੰਗਾ ਜਾਂ ਫਿਰ ਗਾਂ, ਤਾਂ ਮੈਨੂੰ ਮੈਂ ਕਿਹਾ ਪਤਾ ਵਾ ਦੀਦਾ ਜਾਣਾ ਜਾਣਾ ਨਹੀਂ, ਫਿਰ ਹੁਣ ਮੈਂ ਕਿਹਾ ਬੈਗ ਜਾਣਾ ਜੀ, ਜਾ ਕੇ ਜੋ ਵੀ ਬਾਪੂ ਕਹੂਗਾ ਉਹ ਕਰਾਂਗੇ. ਰਾਈਟ. ਅਤੇ ਫਿਰ ਮੈਨੂੰ ਉਹ ਕਹਿੰਦਾ ਵੀ ਤੁਹਾਡੇ ਪਾਸਪੋਰਟ, ਮੈਂ ਕਿਹਾ ਇੱਦਾਂ ਕਰਕੇ ਪੁਲਿਸ ਵਾਲਿਆਂ ਨੇ ਫੜੇ ਸੀਗੇ. ਉਹ ਕਹਿੰਦਾ ਥਾਣਾ ਪਿੱਛੇ ਹੀ ਆ. ਉਹ ਜਿਹਨਾਂ ਨੇ ਫੜੇ ਸੀਗੇ ਮੈਨੂੰ ਕਹਿੰਦਾ ਜਾ ਚੱਲ ਜਾ. ਮੈਂ ਵੀ ਪਤਾ ਨਹੀਂ, ਕਹਿੰਦੇ ਬਲ ਬਖਸ਼ਾ ਮਹਾਰਾਜ ਦੇਣ ਵਾਲਾ ਜੀ. ਜੀ ਬਿਲਕੁਲ, ਮਹਾਰਾਜ ਨੇ ਚਲੋ ਬਲ ਬਖਸ਼ਿਆ, ਅਤੇ ਉਹਨੇ ਜੋ ਵੀ ਮਨ ਦੇ ਵਿੱਚ ਕਰਦਾ, ਜਿੱਥੇ ਲਿਜਾਂਦਾ, ਤੋਰਦਾ, ਬੰਦੇ ਨੂੰ ਸੱਟ ਮਾਰਦਾ, ਚੱਕਦਾ ਵੀ ਹੋਈ ਆ, ਬਿਲਕੁਲ ਵੀ ਮੰਨਦੇ ਹਾਂ, ਕੋਈ ਸ਼ੱਕ ਨਹੀਂ. ਅਤੇ ਮੈਂ ਨਾ ਮੱਥਾ ਟੇਕੇ, ਅਤੇ ਮੈਂ ਸਿੱਧਾ, ਮੈਂ ਉਹ ਮੈਨੂੰ ਥਾਣੇ ਦੇ ਮੂਹਰੇ ਛੱਡਿਆ, ਅਤੇ ਮੈਂ ਜਦੋਂ ਥਾਣੇ ਮੂਹਰੇ ਜਾ ਖੜਿਆ, ਅਤੇ ਉਹ ਇੱਕ ਬੰਦਾ ਮੈਂ ਦੇਖਿਆ ਸੀ ਜਿਹੜਾ ਪਾਸਪੋਰਟ ਫੜਨ ਆਏ. ਮੈਂ ਸਿੱਧਾ ਹੀ ਜਾਂਦੇ, ਫਿਰ ਉਹਦੇ ਉਹ ਮੁੰਡੇ ਨੇ ਮੈਨੂੰ ਮਾੜਾ ਸਮਝਾ ਤਾ, ਅਤੇ ਮੈਂ ਜਾਂਦੇ ਨੇ ਉਹਦੇ ਪਹਿਲਾਂ ਗਿੱਟੇ ਫੜ ਲਏ. ਅੱਛਾ ਜੀ. ਮੈਂ ਕਿਹਾ ਵੀ ਮੇਰਾ ਜਦੋਂ ਇੰਗਲਿਸ਼ ਚੱਲੇ ਵੀ ਨਹੀਂ ਪੂਰੀ ਭਾਜੀ, ਬੋਲਿਆ ਕਿ ਮੈਂ ਡੈਡ ਐਮ ਵੈਰੀ ਸੀਰੀਅਸ, ਆਈ ਐਮ ਗੋ ਟੂ ਇੰਡੀਆ. ਅੱਛਾ ਜੀ. ਫਾਸਟ ਨਹੀਂ, ਜਿੰਨੀ ਗੱਲ ਉਹਨੇ ਸਿਖਾਈ ਸੀ ਉਹਨੇ. ਹਾਂ ਬਿਲਕੁਲ ਜੀ. ਪੜ੍ਹਾਈ ਨੂੰ ਹੱਥ ਤਾਂ ਆਪਣਾ ਬਾਹਲਾ ਜ਼ਿਆਦਾ ਤੰਗ ਸੀ ਪਹਿਲਾਂ ਤੋਂ. ਜੀ 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 ਬਿਲਕੁਲ. ਫਿਰ ਭਾਜੀ ਮੈਂ ਉਹ ਮੇਰੇ ਤੋਂ ਗਿੱਟੇ ਛੜਾ, ਗੋਡੇ ਛੜਾਇਆ ਕਰੇ, ਮੈਂ ਗੁੱਟ ਫੜ ਲਿਆ ਕਰਾਂ. ਹਾਂ. ਅਤੇ ਉਹ ਕਾਲਾ ਮੇਰੇ ਤੋਂ ਤੰਗ ਹੋ ਗਿਆ. ਅੱਛਾ ਜੀ. ਅਤੇ ਮੈਨੂੰ ਕਹਿੰਦਾ ਤੂੰ, ਉਹਨੇ ਫਿਰ ਮੈਨੂੰ ਇਸ਼ਾਰੇ ਨਾ ਸਮਝਾਵੇ, ਉੱਥੇ ਜਾ ਕੇ ਬਾਹਰ ਬਹਿ ਗਿਆ, ਮੈਂ ਤੈਨੂੰ ਪਾਸਪੋਰਟ ਕਰਾ ਦਿੰਦਾ. ਫਿਰ ਮੈਂ ਪਾਸਪੋਰਟ, ਪੰਜ ਸੱਤ ਮਿੰਟ ਹੋਏ, ਉਹਨੇ ਉਹ ਅੰਦਰ ਬੈਠਾ ਆਪਣੇ ਕੰਮ ਜਿਹੇ 'ਚ, ਫੇ ਲੱਗ ਗਿਆ, ਮੈਂ ਫੇ ਜਾ ਕੇ ਗੋਡੇ ਫੜ ਲਏ ਭਾਜੀ. ਅੱਛਾ ਜੀ. ਉਹ ਹੀ ਲੈਣਾ ਫੇ ਮਾਰੀਆਂ ਆਪਾਂ. ਫੇ ਭਾਜੀ ਮੈਨੂੰ ਉਹਨੇ ਪਾਸਪੋਰਟ ਦਿੱਤਾ, ਟਿਕਟ ਦਿੱਤੀ ਮੇਰੀ. ਰਾਈਟ. ਅਤੇ ਉਹ ਹੁੰਦਾ ਜਿਹੜੀ ਕੰਟਰੀ 'ਚ ਜਾਣਾ ਹੁੰਦਾ ਆਪਾਂ ਵਾਪਸੀ ਦੀ ਟਿਕਟ ਕਰਾ ਕੇ ਜਾ ਸਕਦੇ. ਹਾਂ ਬਿਲਕੁਲ. ਹਾਂਜੀ. ਟਿਕਟ ਦਿੱਤੀ ਤਾਂ ਉਹਨੇ, ਮੈਂ ਉੱਥੋਂ ਪਾਸਪੋਰਟ ਲੈ ਆਇਆ. ਅਤੇ ਮੈਂ ਗੁਰੂ ਘਰ ਮੱਥਾ ਟੇਕਿਆ, ਤਾਂ ਮੈਂ ਤੁਸੀਂ ਮੰਨਣਾ ਨਹੀਂ ਵੀ ਪਨੀ ਕਹਿੰਦੇ ਕਿੰਨੇ ਕੁ ਤੇਜ਼ ਆਇਆ ਹੋਣਾ ਉੱਧਰ ਨੂੰ. ਅੱਛਾ ਜੀ. ਵੀ ਪਿੱਛੇ ਕਿਤੇ ਆਣ ਕੇ ਪਾਸਪੋਰਟ ਹੀ ਲੈ ਲੈਣਾ, ਵੀ ਮਸੀਂ ਪਿੱਛਾ ਛੁੱਟਣ ਲੱਗਾ. ਹਾਂਜੀ. ਇੱਕ ਸਾਡੇ ਪਿੰਡ ਦਾ ਪ੍ਰਾਹੁਣਾ ਵੀ ਸੀਗਾ ਵਿਚਾਰਾ ਮੇਰੇ ਨਾਲ ਹੀ. ਅੱਛਾ ਜੀ. ਬੰਦਾ ਵੀ ਭਲਾਮਾਨ ਸੀ. ਰਾਈਟ. ਪਹਿਲਾਂ ਉਹ ਵੀ ਜੈਂਟਲ ਦੀ ਗੱਲ ਕਰੇ. ਅੱਛਾ ਜੀ. ਮੁੜ ਕੇ ਉਹ ਮੈਨੂੰ, ਮੈਂ ਕਿਹਾ ਵੀ ਮੈਂ ਤਾਂ ਚੱਲ ਜਾਣਾ. ਹਾਂ. ਮੈਨੂੰ ਕਹਿੰਦਾ ਤੂੰ ਕਿੱਦਾਂ ਚੱਲ ਜਾਣਾ, ਪਾਸਪੋਰਟ ਤਾਂ ਹੈ ਨਹੀਂ. ਮੈਂ ਕਿਹਾ ਮੇਰਾ ਪਾਸਪੋਰਟ. ਹਾਂ ਵੀ ਮੈਂ ਚੱਲਿਆ. ਮੈਂ ਚੱਲਿਆ. ਕਹਿੰਦਾ ਉਹਨੇ ਮੇਰੇ ਗੋਡੇ ਫੜ ਲਏ, ਵੀ ਤੂੰ ਕਿੱਦਾਂ ਲੈ ਆਇਆ. ਟਾਈਮ ਉਹ ਇਹੋ ਜਿਹਾ ਸੀਗਾ. ਉਹ ਟਾਈਮ ਹੀ ਇਹੋ ਜਿਹਾ ਸੀ. ਨਹੀਂ, ਕੋਈ ਸੋਚਦਾ ਨੀ ਭਾਜੀ ਜੀ, ਕੁਛ ਵੀ ਨੀ ਪਤਾ ਲੱਗਦਾ. ਉੱਥੇ ਉਸ ਥਾਂ ਤੇ ਡਿਸੀਜਨ ਕਿਸੇ ਨੇ ਆਣ ਕੇ ਨੀ ਲੈਣਾ ਸੀਗਾ, ਉੱਥੇ ਅਸੀਂ ਖੁਦ ਹੀ ਖੁਦ ਲੈਣਾ ਸੀ ਡਿਸੀਜਨ. ਔਰ ਨੌਲੇਜ ਵੀ ਕੋਈ ਨਹੀਂ, ਨਵੀਂ ਕੰਟਰੀ ਆ, ਤੁਹਾਨੂੰ ਪਤਾ ਨਹੀਂ ਤੁਸੀਂ ਕੀ ਕਰ ਰਹੇ ਹੋ, ਕਿੱਦਾਂ ਉਹਨਾਂ ਨਾਲ ਗੱਲ ਕਰਨੀ, ਨਵੀਂ ਲੈਂਗੁਏਜ. ਹਾਂਜੀ ਭਾਜੀ. ਤਾਂ ਉਸ ਤੋਂ ਬਾਅਦ ਫਿਰ ਇੰਡੀਆ ਆਏ? ਹਾਂਜੀ ਭਾਜੀ, ਉਦੋਂ ਬਾਅਦ ਇੰਡੀਆ ਆ ਗਏ. ਫਿਰ ਮੁੰਡਾ ਸੀ ਰਾਜਾ ਕੇਨੀਆ ਦਾ, ਕੇਨੀਆ ਸਾਡੇ ਸੀਗਾ, ਜਿੱਦਾਂ ਬਾਅਦ ਚ ਪਤਾ ਲੱਗਾ ਜਿਹਦਾ ਪਿੰਡ ਦਾ ਸੀਗਾ ਮੁੰਡਾ, ਉੱਥੇ ਤਾਂ ਕਾਫੀ ਵਧੀਆ ਬਿਜ਼ਨਸ ਆ ਜੀ. ਉਹਨੇ ਫਿਰ ਮੈਨੂੰ ਉੱਥੇ ਵੈਸਟਰਨ ਯੂਨੀਅਨ ਦੇ ਪੈਸੇ ਭੇਜੇ, ਫਿਰ ਮੈਂ ਕਢਾਏ ਜੀ. ਪਤਾ ਕੁਛ ਨਹੀਂ ਸੀ, ਹੌਲੀ ਹੌਲੀ ਪਤਾ ਲੱਗੀ ਆ ਜੀ. ਬਿਲਕੁਲ. ਕਢਾਏ ਤੇ ਫਿਰ ਮੈਂ ਟਿਕਟ ਕਰਾਈ, ਤੇ ਫਿਰ ਮੈਂ ਵਾਪਸ ਉੱਥੋਂ, ਉਹਨੇ ਮੈਨੂੰ ਵਿਚਾਰੇ ਨੇ ਵਾਪਸ ਭੇਜਿਆ ਵਾ ਜੀ. ਪਰ ਜਿੱਦਣ ਆਣ ਕੇ ਮੈਂ ਬੰਬੇ ਉਤਰਿਆ, ਆਣ ਕੇ ਪਹਿਲਾਂ ਮੱਥਾ ਟੇਕਿਆ, ਫਿਰ ਮੈਂ ਵਾਪਸ ਜਾਣਾ ਜਾਏ ਨਹੀਂ ਜਾਣਾ. ਬਿਲਕੁਲ ਜੀ. ਕਿਉਂਕਿ ਜ਼ਿੰਦਗੀ ਜਿਹੜੀ ਆ ਮੌਤ ਤੋਂ ਇੱਕ ਕਿਸਮ ਦਾ ਪਿੱਛਾ ਛਡਾਉਣ ਵਾਲੀ ਗੱਲ ਸੀ ਉੱਥੇ. ਹਾਂਜੀ. ਤੇ ਉਸ ਤੋਂ ਬਾਅਦ ਫਿਰ ਕਬੱਡੀ ਦਾ ਦੌਰ ਕਿਵੇਂ ਚੱਲਿਆ? ਵਾਪਸ ਫਿਰ ਕਬੱਡੀ ਖੇਡਣੀ ਆ ਕੇ ਸ਼ੁਰੂ ਕੀਤੀ, ਤੇ ਕਿਵੇਂ ਫਿਰ ਟੀਮ ਦੇ ਵਿੱਚ ਐਂਟਰੀ ਕੀਤੀ, ਕਿਹੜੀ ਟੀਮ ਨਾਲ ਖੇਡਣੀ ਸ਼ੁਰੂ ਕੀਤੀ ਫਿਰ ਉਦੋਂ? ਦੁੱਖ ਤਾਂ ਭਾਜੀ ਉਦੋਂ ਲੱਗਦਾ ਜਦੋਂ ਜਿਹੜੇ ਬੰਦਿਆਂ ਨਾਲ ਤੁਹਾਨੂੰ ਤੁਸੀਂ ਨਾਲ ਖੜੇ ਹੋ ਖੇਡਿਆ ਹੋ ਜੀ, ਬਿਲਕੁਲ, ਜਦੋਂ ਤੁਹਾਨੂੰ ਉਹ ਛੱਡ ਜਾਣਾ. ਅੱਛਾ ਜੀ. ਕਈ ਵਾਰ ਉਹੀ ਬੰਦੇ ਤੁਹਾਨੂੰ ਬਣਾਉਂਦੇ ਆ. ਬਿਲਕੁਲ.
ਜਦੋਂ ਤੁਹਾਨੂੰ ਕੋਈ ਤਤਕਾਰਦਾ ਛੱਡਦਾ ਹਾਂ, ਫੇਰ ਤੁਹਾਡੇ ਅੰਦਰੋਂ ਸ਼ਾਇਦ ਮਤਲਬ ਕੁਛ ਨਾ ਕੁਛ ਕਰਨ ਦੀ ਅਣਖ ਜਾਂ ਆਵਾਜ਼ ਆਉਂਦੀ ਆ ਕਿ ਕੁਛ ਕਰਨਾ ਹੁਣ। ਹਾਂ ਵੀ ਹੁਣ ਕੁਛ ਕਰਨ ਦਾ ਵੇਲਾ ਆ ਗਿਆ, ਵੀ ਕਰੀਏ। ਤੁਹਾਡੇ ਨਾਲ ਇਹੋ ਜਿਹਾ ਕੋਈ ਹੈਪਨ ਹੋਇਆ, ਤੁਹਾਡੇ ਆਪਣੇ ਬੰਦੇ ਜਿਹੜੇ ਖਾਸ ਸੀਗੇ ਤੁਹਾਨੂੰ ਛੱਡ ਗਏ? ਹੋਇਆ ਭਾਜੀ, ਚਲੋ ਕਹਿਣ ਚ ਵੀ ਕੋਈ ਹਰਜ ਨੀ ਜੀ, ਬਿਲਕੁਲ। ਪਰ ਜੋ ਵੀ ਹੋਇਆ ਆਪਾਂ ਕਹਿੰਦੇ ਮਹਾਰਾਜ ਨੇ ਚੰਗਾ ਹੀ ਕੀਤਾ, ਜੇ ਉਹ ਨਾ ਕਰਦੇ ਆਪਾਂ ਇੱਥੇ ਨਹੀਂ ਸੀ ਆਉਣਾ। ਪਲੇਅਰ ਉਹੀ ਬਣਾਉਣ ਵਾਲੇ ਆ ਤੁਹਾਨੂੰ? ਹਾਂਜੀ, ਕਿਉਂਕਿ ਫਿਰ ਤੁਸੀਂ ਖੁੰਦਕ ਦੇ ਵਿੱਚ ਪ੍ਰੈਕਟਿਸ ਕੀਤੀ, ਪਲੇਅਰ ਬਣੇ। ਮੈਂ ਤੁਹਾਨੂੰ ਸਿੰਪਲੀ ਦੱਸ ਦਿੰਦਾ, ਮੈਂ ਜਦੋਂ ਖੇਡਦੇ ਹੁੰਦੇ ਉਦੋਂ ਬਜਮਾਈ ਟੀਮ ਦੇ ਵਿੱਚ ਤਗੜੇ ਹੁੰਦੇ ਸੀਗੇ ਜੀ, ਉਦੋਂ ਥੋੜ੍ਹਾ ਜਿਹਾ ਜਿੱਦਾਂ ਬੰਦਿਆਂ ਦੀ ਚੱਲਦੀ ਹੁੰਦੀ ਵਿੱਚ, ਸੰਦੀਪ ਦੀ ਥੋੜ੍ਹੀ ਜ਼ਿਆਦਾ ਚੱਲਦੀ ਹੈ। ਆਪਾਂ ਨੂੰ ਉਹਨਾਂ ਕੋਈ ਦੁਸ਼ਮਣੀ ਜਾਂ ਕੋਈ ਵੈਰ ਵਿਰੋਧ ਨਹੀਂ ਗਾ? ਨਹੀਂ ਨਹੀਂ ਜੀ, ਪਲੇਅਰ ਆ ਭਰਾ ਆ ਤੁਹਾਡਾ। ਹਾਂਜੀ, ਕੋਈ ਨਹੀਂ, ਉਹ ਸੱਚੀ ਗੱਲ ਕਰੋ, ਜਿਹੜੀਆਂ ਗੱਲਾਂ ਹੋ ਗਈਆਂ ਉਹ ਹੋ ਗਈਆਂ ਵਾ, ਉਹ ਪਿੱਛੇ ਆ। ਆਪਾਂ ਮੈਂ ਉਹ ਚੀਜ਼ ਵੱਲ ਬੜਾ ਦੇਖਦਾ ਨਹੀਂ, ਨਾ ਸੋਚਦਾ ਜੀ ਵੀ ਜੇ ਉਹ ਚੀਜ਼ਾਂ ਨਾ ਹੁੰਦੀਆਂ ਸ਼ਾਇਦ ਮੈਂ ਆਹ ਨਹੀਂ ਬਣਨਾ। ਹਾਂਜੀ, ਪਲੇਅਰ ਬਿਲਕੁਲ ਸਹੀ ਗੱਲ ਜੀ, ਕੋਈ ਨਾ ਕੋਈ ਵਜ੍ਹਾ ਬਣ ਜਾਂਦੀ ਨਾ ਤੁਹਾਡੀ ਫਿਰ। ਹਾਂਜੀ, ਉਹ ਕੁਛ ਸੀਗਾ ਅਤੇ ਮੈਚ ਸੀਗਾ ਜਿੱਦਾਂ ਢੰਡੋਵਾਲ ਜੀ ਮੈਚ ਸੀਗਾ, ਅਤੇ ਮੈਂ ਥੋੜ੍ਹਾ ਜਿਹਾ ਜਿੱਦਾਂ ਵੀ ਪਹਿਲਾਂ ਖਲੰਗਲਾ ਮੈਚ ਸੀਗਾ। ਠੀਕ ਹੈ ਜੀ। ਉੱਥੇ ਜਿੱਦਾਂ ਇਹਨੇ ਸੰਦੀਪ ਹੋਣਾ ਨੇ ਕਿਹਾ ਸੀ ਵੀ ਜਿੱਦਾਂ ਇਹਨਾਂ ਕੋਲ ਪਿੰਡ ਦੀ ਸੀ ਲਾਗ ਡਾਟ ਜੀ ਮਾੜੀ ਮੋਟੀ ਜੀ, ਅਤੇ ਉਹ ਮੇਰੇ ਚਾਚੇ ਦਾ ਸੀਗਾ ਸੱਜਣ ਮਿੱਤਰ ਜੀ, ਅਤੇ ਮੈਨੂੰ ਮੈਂ ਉਹ ਕਹਿੰਦਾ ਵੀ ਮੈਚ ਨਹੀਂ ਖੇਡਣਾ, ਕਹਿੰਦੇ ਅਸੀਂ, ਮੈਂ ਉੱਦਾਂ ਹੀ ਚਾਚਾ ਮੇਰਾ ਕਹਿੰਦਾ ਹੁਣ ਚਾਚੇ ਨੂੰ ਕਿੱਦਾਂ ਜਵਾਬ ਦੇਵਾਂ ਜੀ। ਬਿਲਕੁਲ ਬਿਲਕੁਲ ਸਹੀ ਗੱਲ ਜੀ, ਫੈਮਿਲੀ। ਮੈਂ ਉੱਦਾਂ ਚਲੋ ਅਸੀਂ ਪਿੰਡ ਦੇ ਨਿਆਣੇ ਜਿਹੇ ਸੀਗੇ ਸਾਰੇ, ਅਤੇ ਮੈਂ ਜਾ ਕੇ ਉੱਦਾਂ ਵਿੱਚ ਖੜ ਗਿਆ, ਖੋਇਆ ਤਾਂ ਮੇਰੇ ਤੋਂ ਕੁਛ ਵੀ ਨਹੀਂ ਜੀ, ਐਵੇਂ ਕਹਾਂ ਵੀ ਮੈਂ ਲੱਗਾ ਜਾਂ ਭੱਜਾ ਜਾਂ ਉਹ ਮਾੜਾ ਮੋਟਾ ਕਿਤੇ ਲੱਗ ਗਿਆ ਹੋਊਗਾ ਕਿਸੇ ਨੂੰ, ਮੈਨੂੰ ਤਾਂ ਤੁਰਨਾ ਵੀ ਔਖਾ ਲੱਗਦਾ ਸੀ। ਰਾਈਟ। ਅਤੇ ਉਦੋਂ ਬਾਅਦ ਮੈਚ ਆ ਗਿਆ ਨੰਗਲਾ ਢੰਡੋਵਾਲ ਜੀ, ਕਿਉਂਕਿ ਜੇ ਮੈਂ ਇਹ ਗੱਲ ਨਾ ਕਹਾਂ ਨਾ ਵੀ ਪਹਿਲਾਂ ਵੀ ਆਹ ਤੋਂ ਵੀ ਗਲਤੀ ਹੋਈ ਆ ਜੀ। ਬਿਲਕੁਲ, ਜਦੋਂ ਇੱਕ ਬੰਦੇ ਨੇ ਤੁਹਾਡੇ ਨਾਲ ਰਹਿੰਦਿਆਂ ਨੇ ਇਹ ਗੱਲ ਕਹੀ ਹੋਵੇ ਵੀ ਆਹ ਇੱਥੇ ਨਹੀਂ ਖੇਡਣਾ ਜੀ, ਪਰ ਜਦੋਂ ਮੇਰੇ ਤੋਂ ਤਾਂ ਗਲਤੀ ਹੋ ਗਈ, ਜਦੋਂ ਦੂਜੇ ਨੇ ਦੂਜਾ ਕਰਦਾ ਗਲਤੀ ਉਦੋਂ ਵੱਡੀ ਹੁੰਦੀ ਆ। ਬਿਲਕੁਲ ਸਹੀ ਗੱਲ। ਫਿਰ ਮੈਂ ਢੰਡੋਵਾਲ ਮੈਚ ਆ ਗਿਆ ਅਤੇ ਮੈਂ ਕੱਪੜੇ ਲਾਉਣ ਲੱਗਾ ਅਤੇ ਉਦੋਂ ਚੱਪਲਾਂ ਦੇ ਕੁੜਤੇ ਪਜਾਮੇ ਹੁੰਦੇ ਸੀਗੇ। ਬਿਲਕੁਲ ਸਹੀ ਗੱਲ। ਖਲੇ ਕੁੜਤਾ ਲਾਇਆ ਹੀ ਆ, ਅੱਧਾ ਕੁ ਲੱਥਾ ਹੋਣਾ, ਅੱਧਾ ਕੁ ਗਲ ਚ ਸਾਲਾ ਜੀ ਜੀ, ਸੋਰੀ ਗਾਲ ਨਿਕਲ ਗਈ। ਕੋਈ ਇੱਕ ਯਾਰ ਹੁਣ ਫਿਰ ਚੱਲ ਜਾਂਦਾ ਕੰਮ ਜੀ, ਕੁਆਲੀ ਕੋਈ ਪਿੰਡ ਆਈ ਪਿੰਡ ਵਾਲਿਆਂ ਦੀ। ਐਗਜੈਕਟਲੀ, ਇੱਥੋਂ ਇਹ ਪਤਾ ਲੱਗਦਾ ਕਿ ਲਾਈਵ ਇੰਟਰਵਿਊ ਆ ਅਤੇ ਕੋਈ ਵੀ ਐਡੀਟਿੰਗ ਕੀਤੀ ਹੋਈ ਨਹੀਂ, ਹਮੇਸ਼ਾ ਅਸੀਂ ਲਾਈਵ ਇੰਟਰਵਿਊ ਕਰਦੇ ਹਾਂ। ਇੱਕੋ ਇੱਕ ਦੁਨੀਆ ਦੇ ਵਿੱਚ ਸਟੂਡੀਓ ਆ ਟੀਮ ਪੰਜਾਬੀ ਦਾ ਜਿਹੜਾ ਲਾਈਵ ਇੰਟਰਵਿਊ ਤੁਹਾਡੇ ਤੱਕ ਪਹੁੰਚਾਉਂਦਾ ਔਰ ਸੱਚੀਆਂ ਦਿਲ ਚੋਂ ਨਿਕਲੀਆਂ ਹੋਈਆਂ ਗੱਲਾਂ ਤੁਹਾਡੇ ਤੱਕ ਪਹੁੰਚਾਉਂਦਾ। ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਕਬੱਡੀ ਦੇ ਕਿੰਗ ਦੇ ਨਾਲ, ਕਿਵੇਂ ਉਹ ਕਿੰਗ ਬਣਿਆ ਕਬੱਡੀ ਦਾ ਬਾਦਸ਼ਾਹ। ਅੱਜ ਹਰ ਥਾਂ 'ਤੇ ਗੱਲ ਹੁੰਦੀ ਆ ਮੰਗੀ ਬੱਗੇ ਪਿੰਡ ਦੀ, ਸਾਰੀ ਦੁਨੀਆ ਜਾਣਦੀ ਆ, ਕੁਛ ਨਹੀਂ ਲੁਪਿਆ ਛੁਪਿਆ ਇਹਨਾਂ ਗੱਲਾਂ ਤੋਂ। ਹਾਂਜੀ ਪਹਿਲਵਾਨ ਜੀ, ਅੱਛਾ ਉਸ ਤੋਂ ਬਾਅਦ ਫਿਰ? ਉਸ ਤੋਂ ਬਾਅਦ ਫਿਰ ਲੱਗੇ ਕੱਪੜੇ ਲਾਉਣ, ਲਾਉਣ ਲੱਗੇ ਫਿਰ ਅੱਧੇ ਕੱਲੇ ਹੈਗੇ ਸੀ ਗਾਲ ਕੁੜਤਾ ਲੱਤਾ ਅੱਧਾ ਕੱਲੇ ਹੋਏ ਖਿੱਚਿਆ ਸੀ ਮਾੜਾ ਜਿਹਾ ਜੀ, ਉਹਨੂੰ ਆਵਾਜ਼ ਆਈ ਕਹਿੰਦੇ ਵੀ ਬਸ ਕਰ ਕੱਪੜੇ ਨਾ ਲਾ, ਮੈਂ ਫਟਾਫਟ ਪਾ ਲਿਆ। ਫਿਰ ਜਦੋਂ ਮੈਂ ਦੇਖਿਆ ਫਿਰ ਸੰਦੀਪ ਭਲਵਾਨ ਨੇ ਕਿਹਾ ਵੀ ਕਹਿੰਦਾ ਵੀ ਵੀ ਨਹੀਂ ਬੰਦੇ ਪੂਰੇ ਆ, ਤੇ ਪਰ ਮੈਨੂੰ ਉਹਦਾ ਚਲੋ ਕਹਿਦਾ ਨੀ ਕੋਈ ਚੱਕਰ ਕੋਈ ਨੀ, ਪਰ ਜਿੰਨੇ ਨਾਲ ਪਲੇਅਰ ਸੀ ਕਿਸੇ ਨੇ ਇੱਕ ਜਣੇ ਨੇ ਨੀ ਕਿਹਾ। ਅੱਛਾ ਜੀ, ਹਾਂਜੀ। ਫਿਰ ਦਿਲ ਨੂੰ ਦੁੱਖ ਲੱਗਾ? ਦੁੱਖ ਤਾਂ ਕੀ ਲੱਗਣਾ ਜੀ, ਫਿਰ ਆਪਾਂ ਵੀ ਚਲੋ ਜਿੱਦਾਂ ਦੇ ਸੀਗੇ ਜਿੱਦਾਂ ਦਾ ਹੈਗਾ ਉਦਾਂ ਦਾ ਹੀ ਆ ਆਪਣਾ, ਕੋਈ ਇੰਨਾ ਵੀ ਥੱਲੇ ਵੀ ਨਹੀਂ ਡਹਿ ਸਕਦੇ। ਆ ਗਿਆ ਚੱਕ ਕੇ ਕੱਪੜੇ? ਨਹੀਂ, ਕੱਪੜੇ ਲਾਏ ਨੀ ਜੀ, ਚੱਕਣੇ ਹੀ ਸੀ, ਹਾਲੇ ਤਾਂ ਤਿਆਰੀ ਕਰਨ ਲੱਗੇ ਜੀ। ਰਾਈਟ। ਚਲੋ ਜੀ, ਮੈਂ ਢੰਡੋਵਾਲ, ਸਾਡੇ ਟੂਰਨਾਮੈਂਟ ਮੇਨ ਉਹੀ ਹੁੰਦਾ ਸੀਗਾ ਢੰਡੋਵਾਲ ਦੀ ਤਿਆਰੀ ਅਸੀਂ ਲਾਉਂਦੇ ਹੁੰਦੇ ਪਹਿਲਾਂ ਜੀ। ਬਿਲਕੁਲ।
ਮੈਂ ਵੀ ਬਹੁਤ ਸਾਲ ਖੇਡਿਆ ਉਸ ਪਿੰਡ, ਮੈਂ ਦੇਖਿਆ ਇੰਗਲੈਂਡ ਤੋਂ ਜਾ ਕੇ ਟੂਰਨਾਮੈਂਟ ਕਰਵਾਉਂਦੇ ਹੁੰਦੇ ਸੀ, ਅਸੀਂ ਦੇਖਣ ਆਉਂਦੇ ਹੁੰਦੇ ਭਾਈ ਤੁਹਾਨੂੰ ਜੀ ਬਿਲਕੁਲ, ਸਾਡੇ ਬਾਪੂ ਨੂੰ ਬਹੁਤ ਸ਼ੌਂਕ ਸੀਗਾ ਜੀ ਬਿਲਕੁਲ, ਮੰਗੇ ਮਿੱਠਾਪੁਰੀਆ, ਸੰਦੀਪ, ਕਾਕਾ ਕਾਰੀ ਸਾਰੀ ਉੱਥੇ ਬਹੁਤ ਤਕੜੇ ਤਕੜੇ, ਬਿੱਟੂ ਦੇ ਗਾਰ ਫੌਜੀ ਵੀ ਖੇਡਿਆ ਉੱਥੇ, ਬਹੁਤ ਤਕੜੇ ਤਕੜੇ ਬੜੀ ਟੀਮ ਨਾਲ ਸਾਡੇ ਮੈਚ ਬਹੁਤ ਹੋਏ ਉੱਥੇ, ਹਾਂਜੀ ਕਾਫੀ ਤਕੜੇ ਪਲੇਅਰ ਖੇਡੇ ਉੱਥੇ ਜੀ ਬਿਲਕੁਲ। ਫਿਰ ਮੈਂ ਇਧਰਲੇ ਬੰਨੇ ਪੌੜੀਆਂ ਤੇ ਬਹਿ ਗਿਆ ਤੇ ਬਾਪੂ ਪਰੇ ਬੈਠਾ ਸੀਗਾ, ਹੁਣ ਉਹ ਸਾਹਮਣੇ ਬੈਠਾ ਸੀਗਾ ਤੇ ਮੈਂ ਹੌਲੀ ਦਿਨ ਇਧਰਲੇ ਬੰਨੇ ਪੌੜੀਆਂ ਤੇ ਬਹਿ ਗਿਆ, ਉਹਨੇ ਦੇਖਿਆ ਵੀ ਬੰਦੇ ਸਾਰੇ ਆ ਗਏ ਵੀ ਉਹ ਨੀ ਆਇਆ, ਉਹ ਬੈਠਾ ਇਦਾਂ ਨਾਲ ਦੇਖੀ ਗਿਆ, ਚਲੋ ਮੁੜ ਕੇ ਮੈਚ ਦੇਖਿਆ ਤੇ ਮੇਰੀਆਂ ਵੀ ਅੱਖਾਂ ਚੋਂ ਪਾਣੀ ਨਿਕਲ ਗਿਆ। ਜਿਹੜੇ ਉਦੋਂ ਸਾਡਾ ਜਿਹੜਾ ਇੱਕ ਬੰਦਾ ਸੀਗਾ ਪਵਿੱਤਰ ਗਿੱਲ ਨਾਲ ਉਸਤਾਦ ਸੀਗਾ ਉਹ ਜੀ, ਉਹ ਬੰਦਾ ਹੈ ਨੀ ਸੀ ਉੱਥੇ, ਜੇ ਉਹ ਬੰਦਾ ਹੁੰਦਾ ਤਾਂ ਉਹਨੇ ਇਦਾਂ ਹੋਣ ਨਹੀਂ ਦੇਣੀ ਜੀ। ਪਰ ਤੁਸੀਂ ਉਹ ਮੇਲਾ ਬਹਿ ਕੇ ਦੇਖਿਆ ਪੌੜੀਆਂ ਚ? ਹਾਂ ਦੇਖਿਆ, ਪਵਿੱਤਰ ਬਾਹਰ ਗਿਆ ਸੀਗਾ ਉਦੋਂ ਥੋੜਾ ਜਿਹਾ, ਫਿਰ ਮੇਰੇ ਮੈਂ ਵੀ ਬਾਹਰ ਰਿਹਾ ਥੋੜਾ ਜਿਹਾ, ਫਿਰ ਸਿਸਟਮ ਥੋੜਾ ਜਾਂਦਿਆਂ ਨੂੰ ਹਾਂਜੀ ਕਨੈਕਸ਼ਨ ਟੁੱਟ ਜਾਂਦੇ ਆ, ਚੇਂਜ ਹੋ ਗਿਆ। ਫਿਰ ਮੈਂ ਘਰ ਚਲ ਗਿਆ ਜਦੋਂ, ਬਾਪੂ ਵੀ ਚਲ ਗਿਆ, ਬਾਪੂ ਪਹਿਲਾਂ ਚਲ ਗਿਆ ਹੋਊਗਾ, ਮੈਂ ਥੋੜਾ ਜਿਹਾ ਲੇਟ ਹਨੇਰੇ ਹੋਏ ਗਿਆ, ਫਿਰ ਹਨੇਰੇ ਹੋਏ ਜਾਂਦੇ ਆ ਜੀ ਬਿਲਕੁਲ। ਹਾਂ ਜਦੋਂ ਗਿਆ ਤਾਂ ਏਦਾਂ ਮੰਜੇ ਤੇ ਬੈਠਾ ਤੇ ਹਾਂਜੀ ਮੈਂ ਜਾ ਕੇ ਕੋਲ ਬਹਿ ਗਿਆ, ਮੈਨੂੰ ਕਹਿੰਦਾ ਖੇਡਿਆ ਨੀ, ਮੈਂ ਕਿਹਾ ਵੀ ਉਹਨਾਂ ਨੇ ਖੜਾਇਆ ਨੀ, ਸੋਰੀ ਬਾਈ ਕੋਈ ਗੱਲ। ਕਹਿੰਦਾ ਵੀ ਖੇਡਿਆ ਕਿਉਂ ਨੀ, ਮੈਂ ਕਿਹਾ ਉਹਨਾਂ ਨੇ ਖੜਾਇਆ ਨੀ ਤੇ। ਕਹਿੰਦਾ ਵੀ ਹੁਣ ਜੋ ਮਰਜ਼ੀ ਹੋ ਜਾਵੇ, ਹੁਣ ਮੈਨੂੰ ਖੇਡ ਕੇ ਦਿਖਾ, ਵੀ ਤੂੰ ਵੀ ਹੁਣ ਆਪਣੀ ਕਰ ਲਈ ਆ ਜੀ ਬਿਲਕੁਲ, ਤੇ ਵੀ ਹੁਣ ਮੈਨੂੰ ਖੇਡ ਕੇ ਦਿਖਾ, ਨਹੀਂ ਤੇ ਕਹਿੰਦਾ ਵੀ ਜਾ ਜਾ ਕੇ ਮਰ ਜਾ। ਮਤਲਬ ਇੰਨਾ ਕਰੇਜ਼ ਸੀ ਉਹਨਾਂ ਬਾਪੂ ਖੜਨ ਨੂੰ, ਬਹੁਤ ਜ਼ਿਆਦਾ ਉਹਨਾਂ ਨੂੰ ਸ਼ੌਕ ਸੀ ਕਿ ਪਲੇਅਰ ਬਣੇ। ਹਾਂ ਪੁੱਤ ਨੂੰ ਐਡੀ ਗੱਲ ਕਹਿਣੀ ਜਿੱਦਾਂ ਧੀ ਪੁੱਤ ਨੂੰ ਬਹੁਤ ਕੀ ਹੁੰਦੀ ਆ, ਕਿਉਂਕਿ ਜਿਹਨੂੰ ਪਾਲਿਆ ਪਾਲ ਕੇ ਜੀ ਬਿਲਕੁਲ, ਕਹਿੰਦਾ ਜਾ ਕੇ ਮਰ ਜਾ, ਜੇ ਮਰ ਜੂਗਾ ਤਾਂ ਕਹਿੰਦਾ ਚੱਕ ਕੇ ਲੂਹ ਦਿਆਂਗੇ। ਉਹ ਸਿੱਧਾ ਜੱਟ ਜਾ ਸੀਗਾ, ਸਿੱਧੀ ਗੱਲ ਉਹਦੀ ਕਈ ਖੋਪੜ 'ਚ ਕਈ ਵਾਰੀ ਵਧੀਆ ਉੱਤਰ ਜਾਂਦੀ ਬਿਲਕੁਲ, ਤੇ ਮੈਂ ਤਾਂ ਉਹਨੂੰ ਹੀ ਮੰਨਦਾ ਵੀ ਜਿੱਦਾਂ ਮਤਲਬ ਚਲੋ ਬਾਕੀ ਵੀ ਮੇਰੇ ਉਸਤਾਦ ਗੁਰੂ ਹੈਗੇ ਆ, ਪਰ ਪਹਿਲਾ ਜਿਹੜਾ ਗੁਰੂ ਮੇਰੀ ਮਾਂ ਤੇ ਮੇਰਾ ਪਿਓ ਸੀ ਜੀ ਬਿਲਕੁਲ ਜੀ, ਉਹ ਹੀ ਸੀਗੇ ਵੀ ਜਿਹਨਾਂ ਨੇ ਇੱਧਰ ਨੂੰ ਲਾਇਆ ਔਰ ਬੜਾ ਜ਼ਿਆਦਾ ਪ੍ਰੈਸ਼ਰ ਪਾ ਕੇ ਕੁਛ ਨਾ ਕੁਛ। ਅਗਲਾ ਹਰ ਮਾਂ ਪਿਓ ਚਾਹੁੰਦਾ ਸਾਡਾ ਬੱਚਾ ਸੁਪਰ ਸਟਾਰ ਬਣੇ, ਕਿਸੇ ਦੀ ਗੱਲ ਨਾ ਸੁਣੇ, ਕੋਈ ਟਾਈਮ ਇੱਦਾਂ ਦਾ ਆਵੇ ਕਿ ਸਾਡੇ ਬੱਚੇ ਦੀ ਬੱਚੇ ਦਾ ਨਾਂ ਹੋਵੇ, ਪਰ ਉਹ ਤੁਸੀਂ 110% ਕਾਇਮ ਰੱਖਿਆ ਔਰ ਕੀਤਾ ਵੀ ਆ, ਦਿਖਾਇਆ ਵੀ ਆ ਕਰਕੇ। ਹਾਂਜੀ ਭਾਜੀ, ਅਤੇ ਉਹ ਜਦੋਂ ਹਿੰਦੀ ਗੱਲ ਕਹੀ ਤੇ ਕਹਿੰਦਾ ਦੋ ਹੈਗੇ ਆ, ਤਿੰਨ ਭਰਾਵਾਂ ਸੀ, ਛੋਟੇ ਦਾ ਨਾਂ ਪੰਮਾ ਵਾ, ਉਦੋਂ ਛੋਟੇ ਦਾ ਨਾਂ ਰਿੱਕੀ ਆ, ਉਹਦਾ ਨਾਂ ਬਦਲ ਕੇ ਅਸੀਂ ਗੱਜਣ ਰੱਖ ਦਿੱਤਾ। ਕਿਆ ਬਾਤ ਹੈ, ਕਿਆ ਬਾਤ ਹੈ। ਉਹ ਵੀ ਇੱਕ ਦਿਨ ਕਹਿੰਦਾ ਜੀ, ਉਹਦੇ ਚਲੋ ਵਿੱਚੇ ਗੱਲ ਕਰ ਦੇਣ, ਕਹਿੰਦਾ ਮੇਰਾ ਨਾਂ ਨੀ ਵਧੀਆ ਰੱਖਿਆ, ਮੈਂ ਕਿਹਾ ਕਿ ਕੋਈ ਚੱਕਰ ਨੀ ਹੁਣ ਰੱਖ ਦਿੰਦੇ ਹਾਂ, ਹੁਣ ਕੀ ਰੱਖੂਗਾ ਮੈਂ, ਗੁੜ ਦੀ ਗੁੜ ਜਿਹਾ ਲਿਆ, ਮੈਂ ਕਿਹਾ ਚੱਲ ਮੈਂ ਦਿੰਦਾ ਗੁੜਤੀ, ਮੈਂ ਚੱਕ ਗੱਜਣ ਤੇਰਾ ਨਾਂ ਇੱਥੇ। ਉਹਦਾ ਭਰਾ ਹੈਗਾ ਹਾਸੇ ਮੁਕੁੱਲ ਕਰਦੇ, ਹੁਣ ਅਸੀਂ ਉਹਨੂੰ ਗੱਜਣ ਗੱਜਣ ਹੀ ਕਹਿੰਦੇ ਸਾਰੇ ਜੀ। ਤੇ ਫਿਰ ਉਹ ਫਿਰ ਕਹਿੰਦਾ ਦੋ ਹੈਗੇ ਹੋਰ, ਰੋਟੀ ਕਹਿੰਦਾ ਦੇ ਦੇਣਗੇ, ਜੇ ਨਾ ਦੇਣਗੇ ਕਹਿੰਦਾ ਕਿਤੇ ਜਾ ਕੇ ਖਾ ਲਾਂਗੇ, ਤੇ ਜੇ ਕਹਿੰਦਾ ਉੱਥੇ ਵੀ ਨਾ ਮਿਲੂ ਫਿਰ ਕਹਿੰਦਾ ਕਿਤੇ ਨਾ ਕਿਤੇ ਹੋਰ ਚੱਲ ਜਾਂਗੇ, ਖਾਣੀ ਤਾਂ ਕਹਿੰਦਾ ਮਸਲਾ ਰੋਟੀ ਦਾ ਹੀ ਆ। ਐਗਜੈਕਟਲੀ। ਦਰਸ਼ਕਾਂ ਨੂੰ ਮੈਂ ਥੈਂਕ ਯੂ ਕਰਨਾ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ। ਇੱਕ ਛੋਟੀ ਜਿਹੀ ਲੈਂਦੇ ਹਾਂ ਬ੍ਰੇਕ, ਇੱਥੇ ਬ੍ਰੇਕ ਤੋਂ ਬਾਅਦ ਆ ਕੇ ਗੱਲਾਂ ਬਾਤਾਂ ਇਸੇ ਤਰ੍ਹਾਂ ਮੰਗੀ ਬੱਗੇ ਪੈਣ ਨਾਲ ਜਾਰੀ ਰਹਿਣਗੀਆਂ। ਇਸ ਪੁਆਇੰਟ 'ਤੇ ਤਾਂ ਮੈਂ ਬ੍ਰੇਕ ਕਰਨੀ ਹੈ, ਤੁਸੀਂ ਸਾਰੇ ਸਾਡੇ ਜਿੰਨੇ ਵੀ ਸਪੋਂਸਰਸ ਨੇ